बहुत ही सत्कारयोग दूरों नेड़ों आए किसान भरावो शहरी वीरो भैनों सब तो पहला फतेह अर्ज करदा वाहिगुरू जी का खालसा वाहिगुरू जी की फतेह। मेरे तो पहला डल्लेवाल साहब कुछ गल्लां तुहाडे नाल सांझियां करके गए ने, मैं चाहांगा तुहानूं होर विस्तार विच कुछ पता होवे। सरकार ने कल की कहा, जिस अंदोलन विच तुसी अपने घर छड़ के दिल्ली आके धरना दे रहे हो, सत्याग्रह कर रहे हो, तुहाडे कोल ठीक इतला होनी बहुत जरूरी है। सरकार ने दो मंत्रियों ने, खेती मंत्री ते रेलवे मंत्री ने कल एक प्रेस कॉन्फ्रेंस की है। मैं समझदा तुहाडे इस इकट्ठ ने मजबूर किया सरकार नूं, वो कल थोड़ा जिहा सच बोले ने। उन्होंने कहा भी लो जी, असी तो यह कानून व्यापारियों वास्ते बनाया, संविधान के सैवंथ शड्यूल विच जिहड़ी कंकरेंट लिस्ट है जिथे स्टेट ते सेंटर दोनों कानून जिहदे ते बना सकते ने, उहदी 33 नंबर आइटम विचों उहदे ते आधारित कानून बनाया। उहदे च है ट्रेड एंड कॉमर्स, व्यापार वणज। उह सरकार कहिंदी है भी असीं आह सौदा करतीआं, तुहाडी जानकारी लई मैं दसां इह सारीआं सौदा जिहड़ीआं ने जो जो असीं मुद्दे बहस विच उठाए उन्हां विचों कुछ मुद्दे लैके यह सौदा तजवीज सरकार कर रही, पर इन्हां सौदा तक गल नहीं, इतों तक भी केंद्रीय गृह मंत्री अमित शाह ने मैनू एक स्टेज पर यह भी कहा भई इस कानून च इन्नियां सौदा करवा लो ताकि इहदे विच कुछ ना रहे, जो तुसी इतराज करदे हो तो भी अगे चले जाओ, ये कानून एक गुठे लग्या पिया रहे, सानू कोई इतराज नहीं, पर यह ना कहो भी ये कानून वापस ले लो। हुण सवाल पैदा हुंदा है, जदों इन्नियां सौदा करन लई तैयार ने तां असी अड़े क्यों होए आ? साडा कहना यह है भी एक तां कल पहली वारी सरकार मन्नी है भी उन्होंने साडे लई कानून नहीं बनाया, ਇਹ ਕਾਨੂੰਨ ਵਪਾਰੀਆਂ ਲਈ ਬਣਾਇਆ, ਕਾਰਪੋਰੇਟਸ ਲਈ ਬਣਾਇਆ, ਵੱਡੇ ਵਪਾਰੀਆਂ ਲਈ ਬਣਾਇਆ। ਦੂਸਰੀ ਗੱਲ, ਜੇ ਅਸੀਂ ਇਸ ਕਾਨੂੰਨ ਨੂੰ ਮੰਨ ਲੈਂਦੇ ਹਾਂ, ਜਿਹੜੀ ਬੁਨਿਆਦੀ ਮੰਗ ਹੈ ਸਾਡੀ ਉਹ ਉੱਥੇ ਦੀ ਉੱਥੇ ਹੀ ਖੜੀ ਹੈ। ਸਾਡੀ ਬੁਨਿਆਦੀ ਮੰਗ ਇਹ ਹੈ ਭਈ ਸਾਡੇ ਸੰਵਿਧਾਨ ਵਿੱਚ ਸੈਵਨਥ ਸ਼ਡਿਊਲ ਵਿੱਚ ਸੈਂਟਰ ਅਤੇ ਸੂਬਾ ਸਰਕਾਰਾਂ ਦੇ ਅਧਿਕਾਰ ਲਿਖੇ ਹੋਏ ਨੇ। ਉਹਦੇ 'ਚ ਲਿਖਿਆ ਵੀ ਖੇਤੀ ਰਾਜਾਂ ਦਾ ਵਿਸ਼ਾ ਜਿਹਦੇ 'ਚ ਸੈਂਟਰ ਦਖਲ ਨਹੀਂ ਦੇ ਸਕਦਾ। ਉਹਨਾਂ ਨੇ ਕਾਨੂੰਨ ਬਣਾਇਆ ਵਪਾਰ ਲਈ, ਪਰ ਕਿਸਾਨ ਵਪਾਰ ਨਹੀਂ ਕਰਦਾ, ਉਹ ਮੰਡੀ 'ਚ ਆਪਣੀ ਫਸਲ ਵੇਚਣ ਜਾਂਦਾ, ਮਾਰਕੀਟ ਕਰਨ ਜਾਂਦਾ। ਮਾਰਕੀਟਿੰਗ ਵੀ ਰਾਜਾਂ ਦਾ ਵਿਸ਼ਾ। ਜੇ ਅਸੀਂ ਇਹ ਸੌਦਾ ਮੰਨ ਲੈਂਦੇ ਹਾਂ, ਲੱਗਦਾ ਹੋਊ ਕਈਆਂ ਨੂੰ ਵੀ ਬੜੀ ਵੱਡੀ ਗੱਲ ਹੋ ਗਈ, ਸੋਧਾਂ ਹੋ ਗਈਆਂ, ਪਰ ਭਰਾਵੋ ਅੱਗੋਂ ਤੋਂ ਇੱਕ ਛੋਟੀ ਜਿਹੀ ਨੋਟੀਫਿਕੇਸ਼ਨ ਦੀ ਲੋੜ ਹੈ, ਜਦ ਮਰਜ਼ੀ ਫੇਰ ਇਹ ਸੋਧਾਂ ਹਟਾ ਦੇਣ। ਫਿਰ ਐਡੀ ਵੱਡੀ ਲੜਾਈ ਵਾਰ ਵਾਰ ਨਹੀਂ ਵਿੱਢੀ ਜਾਣੀ। ਸਾਡੀ ਮੰਗ ਇਹ ਹੈ ਵੀ ਜਦੋਂ ਤੁਸੀਂ ਇਹਦੇ 'ਤੇ ਕਾਨੂੰਨ ਬਣਾ ਹੀ ਨਹੀਂ ਸਕਦੇ, ਇਹ ਸੰਵਿਧਾਨ ਦੀ ਉਲੰਘਣਾ ਹੈ, ਤਾਂ ਫਿਰ ਇਹ ਕਾਨੂੰਨ ਕਿਉਂ ਰੱਖਿਆ? ਇਹ ਕਾਨੂੰਨਾਂ ਨੂੰ ਵਾਪਸ ਲਓ। ਇਸ ਕਰਕੇ ਸਾਡੀ ਮੰਗ ਹੈ ਭਈ ਤੁਹਾਡਾ ਅਧਿਕਾਰ ਹੀ ਨਹੀਂ ਖੇਤੀ ਦੇ ਵਿਸ਼ੇ ਤੇ ਕੇਂਦਰ ਸਰਕਾਰ ਦਖਲ ਹੀ ਨਹੀਂ ਦੇ ਸਕਦੀ। ਸਾਡੇ ਪੰਜਾਬ ਵਿੱਚ ਇੱਕ ਆਮ ਚਰਚਾ ਚੱਲਦੀ ਹੁੰਦੀ ਹੈ, ਕਿਉਂਕਿ ਅਕਾਲੀ ਦਲ ਨੇ ਕਿਸੇ ਵੇਲੇ ਵੱਧ ਅਧਿਕਾਰਾਂ ਦੀ ਲੜਾਈ ਲੜੀ ਤੇ ਉਹਦਾ ਹੀ ਕੇਸਾ ਤਾਂ ਇਹ ਸਾਡਾ ਅਧਿਕਾਰ ਖੋ ਰਹੇ ਨੇ। ਫਿਰ ਕੱਲ੍ਹ ਨੂੰ ਜਦੋਂ ਇੱਕ ਵਾਰੀ ਇਹ ਕਾਨੂੰਨ ਮੰਨ ਲਿਆ, ਇਹਦਾ ਮਤਲਬ ਸੌਦਾ ਤੋਂ ਬਾਅਦ ਕਾਨੂੰਨ ਤਾਂ ਅਸੀਂ ਮੰਨ ਲਿਆ ਨਾ,
ਜਦੋਂ ਅਸੀਂ ਕਾਨੂੰਨ ਮੰਨ ਲਿਆ ਤਾਂ ਕੱਲ ਨੂੰ 10 ਕਾਨੂੰਨ ਹੋਰ ਆਉਣਗੇ। ਇਹ ਸ਼ੁਰੂਆਤ ਹੋ ਗਈ ਕਾਨੂੰਨ ਵਿੱਚ ਸੰਵਿਧਾਨ ਦੇ 7th ਸ਼ਡਿਊਲ ਦੇ ਅਨੁਸਾਰ ਸੰਵਿਧਾਨ ਦੀ ਉਲੰਘਣਾ ਕਰਨ ਦੀ ਸ਼ੁਰੂਆਤ ਹੋ ਗਈ। ਅੱਜ ਇੱਕ ਖੇਤੀ ਦਾ ਕਾਨੂੰਨ ਬਣਾਇਆ, ਕੱਲ ਨੂੰ 10 ਆਉਣਗੇ। ਇਸ ਕਰਕੇ ਸਾਡਾ ਵਿਰੋਧ ਹੈ ਵੀ ਜਿਹੜੀ ਪਹਿਲੀ ਉਹ ਗਲਤੀ ਕੀਤੀ ਹੈ, ਸਭ ਤੋਂ ਵੱਡੀ ਬੱਜਰ ਗਲਤੀ ਕੀਤੀ ਹੈ, ਉਹ ਗਲਤੀ ਨੂੰ ਸੁਧਾਰੋ, ਆਪਣੇ ਕਾਨੂੰਨ ਵਾਪਸ ਲਓ। ਹੁਣ ਸਰਕਾਰ ਵਾਲੇ ਇਹ ਦਬੀ ਜ਼ਬਾਨ ਚ ਇਹ ਵੀ ਸਾਨੂੰ ਕਹਿੰਦੇ ਨੇ ਭਾਈ ਕਾਨੂੰਨ ਤਾਂ ਵਾਪਸ ਲੈ ਲਈਏ, ਪਰ ਸਾਨੂੰ ਸਹਿਦਾ ਨਹੀਂ ਪਹਿਦਾ ਡਰ, ਕਿਤੇ ਇਹ ਨਾ ਹੋਏ ਅੱਜ ਤੁਹਾਡਾ ਕਾਨੂੰਨ ਵਾਪਸ ਲਿਆ, ਤੁਹਾਡੇ ਤੋਂ ਬਾਅਦ ਮਜ਼ਦੂਰ ਵੀ ਇੱਥੇ ਆ ਕੇ ਬਹਿ ਜਾਣ, ਕਿਉਂਕਿ ਮਜ਼ਦੂਰਾਂ ਦੇ ਵੀ ਕਾਨੂੰਨ ਬਹੁਤ ਬਦਲ ਦਿੱਤੇ, ਮਜ਼ਦੂਰੀ ਦੇ ਲੇਬਰ ਲਾਅ ਚ ਬਹੁਤ ਵੱਡੀ ਤਬਦੀਲੀ ਕੀਤੀ ਗਈ ਹੈ। ਤੇ ਮੈਂ ਕਿਹਾ ਵੀ ਜੇ ਇਹਨੇ ਪਾਪ ਕੀਤੇ ਨੇ ਇੱਕੋ ਵਾਰੀ ਗੰਗਾ ਨਹਾ ਲਾ, ਕਿਉਂ ਲੋਕਾਂ ਨੂੰ ਵਕਤ ਪਾਇਆ। ਹੁਣ ਜਿਹੜੇ ਸਰਕਾਰ ਦੇ ਵਿਚੋਲੀਏ ਨੇ ਉਹ ਸਾਡੇ ਕੋਲ ਆ ਕੇ ਕਦੇ ਕਿਸੇ ਦੀ ਬਾਂਹ ਫੜਦੇ ਨੇ, ਕਦੇ ਕਿਸੇ ਦੀ ਬਾਂਹ ਫੜਦੇ ਨੇ, ਕੋਸ਼ਿਸ਼ ਇਹ ਕਰ ਰਹੇ ਨੇ ਵੀ ਅਸੀਂ ਉਹਨਾਂ ਦੀਆਂ ਸੋਧਾਂ ਪ੍ਰਵਾਨ ਕਰ ਲਈਏ, ਅਸੀਂ ਤੁਹਾਨੂੰ ਘਰਾਂ ਨੂੰ ਭੇਜ ਦਈਏ। ਪਰ ਭਰਾਵੋ ਸਾਨੂੰ ਇਹਨਾਂ ਸੋਧਾਂ ਤੇ ਇਸ ਕਰਕੇ ਤਸੱਲੀ ਨਹੀਂ ਕਿ ਬੁਨਿਆਦੀ ਤੌਰ ਤੇ ਸੰਵਿਧਾਨ ਦੀ ਉਲੰਘਣਾ ਹੋਈ ਹੈ, ਜਿਸ ਵਿਸ਼ੇ ਤੇ ਕੇਂਦਰ ਦਖਲ ਦੇ ਹੀ ਨਹੀਂ ਸਕਦਾ, ਉਸ ਵਿਸ਼ੇ ਤੇ ਕਾਨੂੰਨ ਉਹਨਾਂ ਨੇ ਕਿਉਂ ਬਣਾਏ। ਔਰ ਇਹਦੇ ਸਿੱਟੇ ਅੱਜ ਨਹੀਂ ਬਹੁਤ ਦੇਰ ਤੱਕ ਸਾਨੂੰ ਪ੍ਰਭਾਵਿਤ ਕਰਦੇ ਰਹਿਣਗੇ। ਇਸ ਲਈ ਸਾਡੀ ਪੱਕੀ ਮੰਗ ਹੈ ਵੀ ਉਦੋਂ ਉੱਠ ਕੇ ਜਾਵਾਂਗੇ ਜਦੋਂ ਤੁਸੀਂ ਇਹ ਕਾਨੂੰਨ ਰਿਪੀਲ ਕਰੋਗੇ, ਵਾਪਸ ਲਓਗੇ। ਹੁਣ ਉਹ ਕਹਿੰਦੇ ਨੇ ਜੀ ਖਰੀਦ ਜਾਰੀ ਰਹੂ। ਮੈਂ ਉਹਨਾਂ ਨੂੰ ਪੁੱਛਿਆ ਸ਼ਰਾਰਤਾਂ ਬਹੁਤ ਕਰਦੇ ਨੇ, ਉਹ ਸਮਝਦੇ ਆ ਵੀ ਇਹਨਾਂ ਨੂੰ ਕਿਸਾਨ ਨੇ ਇੱਥੇ ਇੱਕ ਕੁਝ ਸੱਜਣ ਆਏ, ਉਹ ਕਹਿੰਦੇ ਜੀ ਅਸੀਂ ਹੈਰਾਨ ਸੀ ਵੀ ਜੱਟ ਬੂਟ ਇਹਨਾਂ ਨੂੰ ਕਾਨੂੰਨਾਂ ਦੀ ਸਮਝ ਪੈਂਦੀ ਹੈ। ਮੈਂ ਕਿਹਾ ਹਾਂ ਅਸੀਂ ਬਾਈ ਜੱਟ ਬੂਟ ਹਾਂ, ਅਸੀਂ ਜੱਟ ਬੂਟ ਹਾਂ, ਪਰ ਸਾਨੂੰ ਇੰਨੀ ਕੁ ਸਮਝ ਪੈ ਗਈ ਵੀ ਇਹਦੇ ਵਿੱਚ ਕਾਨੂੰਨ ਚ ਇੱਕ ਸ਼ਬਦ ਹੈ ਪਰਸਨ। ਪਰਸਨ ਦੀ ਡੈਫੀਨੇਸ਼ਨ ਚ ਉਹਨਾਂ ਨੇ ਲਿਖਿਆ ਕਿਹੜੇ ਕਿਹੜੇ ਲੋਕ ਇਸ ਕਾਨੂੰਨ ਦੇ ਤਹਿਤ ਕੰਮ ਕਰ ਸਕਣਗੇ। ਜਿਹੜਾ ਸਾਡਾ APMC ਦਾ ਕਾਨੂੰਨ ਹੈ ਉਹਦੇ ਚ ਪਰਸਨ ਦੀ ਡੈਫੀਨੇਸ਼ਨ ਦੇ ਵਿੱਚ ਸਰਕਾਰੀ ਸਟੇਟ ਦੀਆਂ ਖਰੀਦ ਏਜੰਸੀਆਂ ਤੇ ਸੈਂਟਰ ਦੀਆਂ ਏਜੰਸੀਆਂ ਦਰਜ ਨੇ, ਪਰ ਜਿਹੜਾ ਇਹਨਾਂ ਨੇ ਕਾਨੂੰਨ ਬਣਾਇਆ ਉਹਦੇ ਵਿੱਚ ਇਹਨਾਂ ਨੇ ਸਰਕਾਰੀ ਖਰੀਦ ਏਜੰਸੀਆਂ ਦਾ ਨਾਂ ਹੀ ਕੱਢ ਦਿੱਤਾ। ਇਹਦੇ ਮਾਨੇ ਕੀ ਹੈ? ਇਹਦੇ ਮਾਨੇ ਇਹ ਹੈ ਵੀ ਸਰਕਾਰ ਬਹੁਤ ਛੇਤੀ ਭੱਜ ਜਾਣਾ ਚਾਹੁੰਦੀ ਹੈ, MSP ਲਿਖ ਕੇ ਵੀ ਦੇਣ ਨੂੰ ਤਿਆਰ ਨੇ, ਪਰ ਜੇ ਪਰਸਨ ਦੇ ਵਿੱਚੋਂ ਖਰੀਦ ਏਜੰਸੀਆਂ ਹੀ ਗਾਇਬ ਨੇ ਤੇ ਫਿਰ ਕੱਲ ਨੂੰ ਖਰੀਦ ਕੌਣ ਕਰੇਗਾ, ਉਹਨੂੰ ਲਾਗੂ ਕੌਣ ਕਰੇਗਾ ਜੀ MSP ਨੂੰ? ਤੋ ਇਸ ਤਰ੍ਹਾਂ ਦੀਆਂ ਬਹੁਤ ਛੋਟੀਆਂ ਛੋਟੀਆਂ ਉਹ ਕਹਿੰਦੇ ਨੇ ਜੀ ਜ਼ਮੀਨ ਕੁਰਕ ਨਾ ਹੋ। ਮੈਂ ਕੱਲ ਪ੍ਰੈਸ ਵਾਲਿਆਂ ਦੇ ਸਾਹਮਣੇ ਇਹਨਾਂ ਦੇ ਕਾਨੂੰਨ ਵਿੱਚੋਂ ਇੱਕ ਲਾਈਨ ਪੜ੍ਹ ਕੇ ਸੁਣਾਈ ਸੀ। ਮੈਂ ਕਿਹਾ ਇਹ ਕਹਿੰਦੇ ਨੇ ਕੁਰਕੀ ਹੋਣੀ ਨਹੀਂ, ਪਰ ਆਹ ਕੀ ਲਿਖਿਆ ਵੀ ਜੇ SDM ਕਾਰਪੋਰੇਟ ਹਾਊਸ ਦੇ ਨਾਲ ਕੋਈ ਸਮਝੌਤਾ ਹੋਇਆ ਕਿਸਾਨ ਦਾ, ਉਹਨੇ ਕੋਈ ਪੈਸੇ ਕਿਸਾਨ ਨੂੰ ਐਡਵਾਂਸ ਕੀਤੇ, ਐਗਰੀਮੈਂਟ ਟੁੱਟ ਗਿਆ ਤੇ ਉਹਦੇ ਬਾਅਦ ਉਹ ਪੈਸੇ ਕਿਸਾਨ ਦਿੰਦਾ ਨਹੀਂ, ਆਹ ਕੋਈ ਵਜ੍ਹਾ ਹੋਰ ਹੈ, ਕੱਲ ਨੂੰ ਕਾਰਪੋਰੇਟ ਦੇ ਹੱਕ ਚ SDM ਨੇ ਫੈਸਲਾ ਦੇ ਦਿੱਤਾ ਉਹ ਵਸੂਲੀ ਕਰਨੀ ਹੈ, ਉਹ ਕਹਿੰਦੇ ਐਜ ਲੈਂਡ ਰੈਵਨਿਊ ਐਕਟ ਵਸੂਲੀ ਹੋ। ਇਹਦੇ ਮਾਨੇ ਕੀ ਹੈ ਵੀ ਜ਼ਮੀਨ ਦੀ ਕੁਰਕੀ ਹੋ? ਉਹ ਸਮਝਦੇ ਆ ਸਾਨੂੰ ਪਤਾ ਨਹੀਂ ਵੀ ਉਹਨਾਂ ਦਾ ਕੀ ਅਮੂਰਖ ਨੇ, ਪਰ ਅਸੀਂ ਇੱਕ ਇੱਕ ਕਾਨੂੰਨ ਦੀ ਇੱਕ ਇੱਕ ਲਾਈਨ ਪੜ੍ਹੀ ਹੈ, ਇੰਨੀ ਸ਼ਰਾਰਤ ਨਾਲ ਕਾਨੂੰਨ ਲਿਖਿਆ ਗਿਆ ਹੈ ਜਿਹਦੇ ਵਿੱਚ ਹਰ ਗੱਲ ਕਾਰਪੋਰੇਟ ਹਾਊਸਿਸ ਦੇ ਹੱਕ 'ਚ ਲਿਖੀ ਹੈ ਤੇ ਬੜਾ ਗੰਭੀਰ ਸਮਾਂ ਸਾਡੇ ਲਈ। ਇੱਕ ਹੋਰ ਸਮੱਸਿਆ ਬਹੁਤ ਵੱਡੀ ਸਾਡੇ ਲਈ, ਇੱਕ ਤਾਂ ਅਸੀਂ ਸਮਝਦੇ ਹਾਂ, ਅਸੀਂ ਉਹਨਾਂ ਨੂੰ ਕਿਹਾ ਤੁਸੀਂ ਸਾਨੂੰ ਕਹਿੰਦੇ ਹੋ ਠੰਡ 'ਚ ਬੈਠੇ ਹੋ, ਤੁਹਾਨੂੰ ਉਦੋਂ ਸਾਡਾ ਚੇਤਾ ਕਿਉਂ ਨਹੀਂ ਆਉਂਦਾ ਜਦੋਂ ਕੱਕਰ ਦੇ ਵਿੱਚ ਅਸੀਂ ਰਾਤ ਨੂੰ ਸਾਨੂੰ ਬਿਜਲੀ ਦਿੰਦੇ ਹੋ, ਦਿਨ ਬਿਜਲੀ ਦਿੰਦੇ ਨਹੀਂ, ਅਸੀਂ ਕੱਕਰ ਦੇ ਵਿੱਚ ਪਾਣੀ ਲਾਉਂਦੇ ਰਾਤ ਨੂੰ, ਉਦੋਂ ਵੀ ਤਾਂ ਸਾਨੂੰ ਠੰਡ ਲੱਗਦੀ ਹੈ, ਉਦੋਂ ਤੁਹਾਨੂੰ ਸਾਡਾ ਖਿਆਲ ਕਿਉਂ ਨਹੀਂ? ਅੱਜ ਇੱਥੇ ਆ ਕੇ ਬਹਿ ਗਏ ਤੁਸੀਂ ਸਾਨੂੰ ਠੰਡ ਦਾ ਵਾਸਤਾ ਪਾਉਂਦੇ ਹੋ, ਅਸੀਂ ਇੱਥੇ ਬੈਠੇ ਹਾਂ ਕੋਈ ਸੌਖ ਨਾਲ ਨਹੀਂ, ਬਹੁਤ ਔਖਾ ਹੈ।
और ਅਸੀਂ अपने घर घर ਛੱਡ ਕੇ ਇੱਥੇ बैठे हाँ, बहुत औखा है। पर ਇਹਦੀ ਭਾਵਨਾ ਨੂੰ भी सरकार समझे। सरकार ਲੋਕਾਂ ਤੋਂ बिना कुछ नहीं ਹੁੰਦੀ। जे ਲੋਕ ਨੇ ਤਾਂ सरकार है डेमोक्रेसी। ਅੱਜ ਇਹੋ वजह है एक सब तो ਵੱਡਾ हथियार ਜਿਹੜਾ ਤੁਸੀਂ सीख लिया। मैनू तो अंदोलन ਨਾਲੋਂ ਵੱਧ इस गल की खुशी है भी ਤੁਸੀਂ शांतमई अंदोलन लड़न का बल बल सीख लिया। यारो अज तक इतिहास में कोई अंदोलन लभदा नहीं जिहड़ा एडा लंबा चलिया होवे और उहदे विच हिंसा ना होई होवे। आ इक सिर्फ ते सिर्फ इको अंदोलन है तुहाडा, एडा लंबा हो जा रहा पर हिंसा की एक भी घटना नहीं। यह बहुत वड्डी प्राप्ति है जिहदे वल सारी दुनिया अखां ला के देख रही है। और तुहानू दसा कोई दिन नहीं सुखा जाता विदेशों में बैठे तुहाडे भरा जिदन कोई मुजारा या इकट्ठ करके सरकार की जान नूं नहीं रोंदे अपने भरावां दे हक विच। कल नूं टोरंटो च फिर अज तक का सब तो वड्डा लामिसाल मुजारा तुहाडे हक च हो रहा। दुनिया दीआं पार्लीमेंटां विच न्यूजीलैंड की पार्लीमेंट च बहस हो चुकी, आस्ट्रेलिया की पार्लीमेंट च एक बार हो चुकी, अज फिर बहस हो रही है। मैं जिवें दस्या सी इंग्लैंड के 34 मैंबर पार्लीमेंट साडे मैच आके खड़े हो गए। कनेडा की समुची पार्लीमेंट उत्थे दा प्रधानमंत्री साडी हमायत ते खड़ा हो गया। अमरीका का कोई वड्डा शहर नहीं जिथे तुहाडे भरावां ने वड्डे वड्डे जलूस कढ़ के उत्थे दी सरकार नूं मजबूर नहीं किया होया वो मोदी नाल यारी छड्डे। तो इस तरह जिहड़े अंदोलन के पिछे इन्ना वड्डी ताकत होवे, जिस अंदोलन में शांतमई रह के लड़न की समर्था होवे, उस अंदोलन दुनिया की कोई ताकत हरा नहीं सकती। यह गारंटी है। सो मेरी तुहानू सनिमर बेनती है, साडे नौजवान बच्चों मैं अगे भी एक गल कही है, मैनू बहुत वड्डी खुशी इस गल की है। हुण तक इस अंदोलन तो पहला पंजाब विच रोज खबरां हुंदियां सी इत्थे नशेड़ी हो गई जी, जवानी साडी बर्बाद हो गई जी। ओए अज ओही जवानी अंदोलन विच सब तो मोहरी होके विचर रही है। इत्थे भी ओही साडे बच्चे ने। मैं इत्थों स्टेज तो कुछ कह दिंदा, मैनूं बाद च पता लगदा भी उहदे ते अमल शुरू कर दिंदे ने। ये वही बच्चे ने जिन्होंने तुसी बदनाम कर दे हो। ये वही जवान ने जेड़े डिसिप्लिन च रह के सारे अंदोलन विच अपना योगदान नहीं पा रहे, सारे की सेवा भी करते ने। एक बहुत वड्डा कलंक पंजाब की जवानी के सिरों इस अंदोलन ने साडे बच्चे ने लाता। इत्थे अज ये अंदोलन सिर्फ पंजाब का नहीं, पर इस गल तो भी मुनकर नहीं होया जा सकता, इस अंदोलन पिछले 2 साल तो पंजाब च उसल वट्टे लै रहा सी। इहदी चर्चा 2 सालों तो चाहे मैं कोई लेख लिखता सी या मेरे सारे साथी किते कट करके मीटिंगां करके चर्चा करते सी, इहदी शुरुआत 2 साल पहला हो चुकी सी। इह 2 सालों विच इहने अपना असली रूप सारा लोग सारे समाज के अगे लेके आंदा। तो कुदरती है जदों पूरी स्टेट पूरा एक सूबा जिथे दा हर वर्ग ना केवल किसान इथे दा मुलाजम इथे दा व्यापारी इथे दा हर वर्ग जिथे इस अंदोलन नाल जुड़ गया पंजाब विच उथे उहदा मोहरी होना इहनू कोई चुटला नहीं सकदा। पर इह तो अगे चली गई गल, अज इह सिर्फ पंजाब दा अंदोलन नहीं रहा। 8 तरीक दे बंद ने सारे देश दे बंद ने साबित कीता है और फिर एक मारका मारे है। जदों भारत बंद हुंदा किते ना किते हिंसा जरूर हुंदी है, तुहाडे 8 तरीक दे भारत बंद विच किते सारे देश विच हिंसा नहीं होई, पूरा सफल रहा। अज सारे देश विचों किसान जथेबंदियां नहीं समुचा सारा हर स्टेट दा हर वर्ग इस अंदोलन कुदरे है। अज
कर्नाटक की पार्लीमेंट नूं किसानां ने घेरा पाया होया है, उत्थे दी असैंबली नूं घेरा पाया होया किसानां ने। छत्तीसगढ़ विच किसान आपो अपने जिला दफ्तरां दे बाहर धरने ते बैठे ने। साडी समस्या यह भी है भई सरकार ने रेलां ना मात्र चलाईयां होई हैं, उन्हां दा हजारां किलोमीटर दे तों इत्थे चल के आउणा बहुत मुश्किल काम है, पर उन्हां दे अंदर भी तुहाडी इक तड़प है, उन्हां दी अपनी तड़प है। ये अज सारे देश विच अंदोलन पूरी सरगर्मी नाल चल रहा है, इस करके अज अंदोलन सिर्फ पंजाब दा नहीं, पंजाब तो राह हो सकता है, सारे देश दा अंदोलन। इस तरह तुसीं टिके रहो, कुछ लोगों नूं आवाजाई दा भी सुभाअ हो गया इस अंदोलन विचों, जिन्हें जाते हैं उदों वध आ जाते हैं, पर कृपा करो जदों युद्ध दे मैदान विच होईए सिपाही फिर इधर उधर नहीं को देखता हूंगा, ते तुसीं इस युद्ध दे सिपाही हो, इत्थे डटे रहना ही तुहाडी सब तो वड्डी कुर्बानी है, तुहाडा सब तो वड्डा हिस्सा है, योगदान है। तो मैं उम्मीद करदा आपो अपने थां मोर्चे संभाली रखोगे, इहनूं शांतमई बनाई रखोगे। आने वाले दिनों में जिस तरह का लगता है मौसम की भी कुछ तब्दीली हो सकती है, अपनी ट्राली नूं अपने हिसाब नाल हुणे तो ठीक कर लो, एक अद्धा दिन पहले ही ठीक कर लो, पर आपां इत्थों हिलना नहीं। सरकार नूं फिर एक नमूना पेश करिए, चाहे मींह दे विच भी बैठे हाँ सानू कोई फर्क पैण वाला नहीं, ये असीं सिद्ध करिए। ते मैं उम्मीद करदा मेरी ये बेनती प्रवान करोगे सारे अपने, तुहाडा सब दा अंदोलन है, मेरा नहीं, इन्हां दा नहीं जिहड़े स्टेज ते बैठे, इन्हां कल्यां दा नहीं, तुहाडा सारिआं दा योगदान इहदे विच है, तां इह अंदोलन है। मैं उम्मीद करदा मेरीआं इन्हां बेनतीआं नूं प्रवान करोगे, आपां सारे लड़दे रहांगे और जित तुहाडी यकीनी होएगी, अज नहीं तां कल सरकार नूं झुकणा पएगा। इन्हां कहिंदा कि मैं चाहुंदा वाहिगुरू जी का खालसा वाहिगुरू जी की फतेह।